ਲੈ ਜੀ ਟੈਡੀ ਕਬੂਤਰ ਨੇ ਸੰਧੂ ਸਾਹਿਬ ਦੇ ਮਾਸ਼ਾਅੱਲਾ ਬਸੰਤਾ ਲਾਈ ਖੂਬਸੂਰਤੀ ਇਹਨਾਂ ਦੇ ਖੱਤਾਂ ਮੇ ਸਾਰੇ ਭਰਾ ਵੇਖ ਕੇ ਮਾਸ਼ਾਅੱਲਾ ਵੀ ਕਹਿ ਦੇਣਾ ਮਾਸ਼ਾਅੱਲਾ ਜੀ ਇਹ ਮਾਦੀ ਹੈ ਇਹ ਨਾਲ ਇਹ ਬਸੰਤ ਹੈ ਇਹ ਵੱਡਾ ਬਸੰਤ ਹੈ ਨਹੀਂ ਸੋਰੀ ਇਹ ਛੋਟਾ ਬਸੰਤ ਹੈ ਵੱਡਾ ਉਹ ਬੈਠਾ ਸਾਹਮਣੇ ਉਹੀ ਨਾ ਮੈਂ ਆਖ ਜੀ ਬੰਦ ਕਰੇ ਕੈਮਰੇ ਚੱਕ ਦੇਖ ਕੇ ਪਛਾਣ ਲਈ ਮੈਂ ਕਿਹਾ ਬਸੰਤ ਦੇ ਉਹ ਬੈਠਾ ਸਹੀ ਹੈ ਪੱਲਾ ਦਿਖਾਓ ਨਾਲ ਆ ਪੱਲਾ ਹੈ ਇਹਨਾਂ ਦਾ ਵਾਈਬ੍ਰੇਸ਼ਨ ਵੀ ਪੂਰੀ ਹੈ ਨਹੀਂ ਚੈੱਕ ਕਰ ਸਕਦੇ ਇਹ ਬਸੰਤੇ ਦਾ ਪੁੱਤਰ ਹਾਂ ਛੋਟਾ ਬਸੰਤਾ ਪਰ ਹੈ ਵੱਡਾ ਕਾਹਦੇ 'ਚ ਵੱਡਾ ਇਹ ਹਾਂ ਬਸੰਤਾ ਆਪਣੇ ਤੂੰ ਵੱਡਾ ਹੀ ਪੁੱਤਰ ਕੱਢਦਾ ਬਗਲਾਂ ਵੀ ਇਹਦੀਆਂ ਬਹੁਤ ਵੱਡੀਆਂ ਨੇ ਦੇਖੋ ਕਰੀਜ਼ 'ਚ ਪਿਆ ਲੇਕਿਨ ਅਕਲਮੰਦ ਇਨਸਾਨ ਸ਼ਿਕਾਰੀ ਲਈ ਕਰੀਜ਼ ਕੋਈ ਮਾਨੇ ਨਹੀਂ ਰੱਖਦੀ ਲਓ ਜੀ ਮਾਸ਼ਾਅੱਲਾ ਇਹਨਾਂ ਨੂੰ ਜਿਹੜਾ ਗੋਲਡ ਪਲੇਟਡ ਰਿੰਗਾਂ ਪਾਈਆਂ ਹੋਈਆਂ ਨੇ ਇਹ ਜਿਹੜੇ ਇਹਨਾਂ ਦੇ ਜਿਹੜਾ ਖਾਸ ਜੋੜੇ ਨੇ ਜਿਹੜਾ ਇਹਨਾਂ ਸਿਰਫ ਆਪਣੇ ਲਈ ਰੱਖੇ ਨੇ ਇਹਨਾਂ ਨੂੰ ਅੱਜ ਮੈਂ ਕਸਮ ਪਵਾਈ ਹੈ ਕਿ ਇਹਨਾਂ ਨੂੰ ਇਹ ਤੁਸੀਂ ਕਿਸੇ ਨਹੀਂ ਦੇਣੇ ਵੇਖੋ ਹੁਣ ਕਿਦੋਂ ਤੱਕ ਕਸਮ ਨਿਭਾਉਂਦੇ ਨੇ ਨਿਭਾਵਾਂਗੇ ਕਸਮ ਭਾਈ ਜੀ ਇੱਕ ਖਵਾਜਾ ਸਾਹਿਬ ਹੋਰ ਸਾਫ਼ ਹੋ ਜਾਣੀਆਂ ਇਹ ਖਵਾਜਾ ਸਾਹਿਬ ਨੇ ਇੱਕ ਜਨਾਬ ਮੇਰੇ 'ਤੇ ਕਸਮ ਪਾਈ ਸੀ ਅਤੇ ਮੈਂ ਕਬੂਤਰ ਬਣਾਏ ਨੇ ਅਤੇ ਇਹ ਤੁਹਾਨੂੰ ਹੁਣ ਮੈਂ ਕਸਮ ਪਾਈ ਹੈ ਉਹ ਛੋਟਾ ਇਹ ਵੱਡਾ ਤੇਰੇ ਕੋਲ ਵੀ ਪੁੱਤਰ ਇਹਦਾ ਵੱਡਾ ਸੀ ਵੱਡਾ ਸੀ ਉਹ ਗਿੱਠ ਕੇ ਕੱਦ ਚੱਪਦਾ ਇਹ ਇਹਦਾ ਪਿਓਰ ਲੇਕਿਨ ਚਲੋ ਪੁੱਤਰ ਨਿਕਲਦੇ ਤੇ ਇੱਥੇ ਇਸੇ ਫੈਕਟਰੀ 'ਚੋਂ ਨੇ ਨਾ ਇਹਦਾ ਰਿੰਗ ਚੈੱਕ ਕਰੋ ਇੱਥੇ ਕਰ ਲੈਣਾ ਇੱਥੇ ਤੁਸੀਂ ਉੱਥੇ ਕਰੋ ਨਾ ਜ਼ਰਾ ਆ ਵੇਖੋ ਰਿੰਗ ਚੈੱਕ ਕਰੋ ਇਹਦੀ ਅੱਖਾਂ 'ਤੇ ਮਾਸ਼ਾਅੱਲਾ ਇਹ ਬਸੰਤਾ ਹੈ ਵੱਡਾ ਦਿਖਾਓ ਇਸਦਾ ਪਾਰ ਇਹਦਾ ਪਾਰ ਬਹੁਤ ਬੜੇ ਟੈਡੀ ਵੇਖੇ ਨੇ ਜਨਾਬ ਲੇਕਿਨ ਜਿਹੜਾ ਬਸੰਤੇ ਦਾ ਕਲਰ ਹੈ ਨਾ ਇਹ ਵੀ ਇੱਕ ਗੋਡ ਗਿਫਟਡ ਹੀ ਹੈ ਹੁਣ ਮੈਂ ਇਹਨਾਂ 'ਤੇ ਕੌਨਸਨਟ੍ਰੇਟ ਕਰ ਰਿਹਾ ਮੇਰਾ ਨਹੀਂ ਖਿਆਲ ਕੋਈ ਸ਼ਿਕਾਰੀ ਵੀ ਆਉਂਦਾ ਹੋਏਗਾ ਅਤੇ ਸਭ ਤੋਂ ਪਹਿਲਾਂ ਇਸ ਕਬੂਤਰ ਨੂੰ ਨਹੀਂ ਫੜਦਾ ਸਭ ਤੋਂ ਪਹਿਲਾਂ ਮੋਜੀ ਸ਼ਾਹ ਸਾਹਿਬ ਆਏ ਸੀ ਪੂਰੇ ਖੁੱਡੇ 'ਚ ਐਡੇ ਕਬੂਤਰ ਆ ਇਹਨੂੰ ਫੜਿਆ ਸੀ ਸਭ ਤੋਂ ਪਹਿਲਾਂ ਮੈਂ ਜਨਾਬ ਮੇਰੇ ਕੋਲ ਕਬੂਤਰ ਰਿਹਾ ਇਹ ਕਬੂਤਰ ਦਾ ਖਲੋਣਾ ਹੀ ਮੋਰ ਦੀ ਤਰ੍ਹਾਂ ਇਹ ਉੱਡਦਾ ਵੀ ਰਿਹਾ ਆਪਣੇ ਕੋਲ ਇਹ ਖਵਾਜਾ ਸਾਹਿਬ ਨੇ ਸਟੋਪ ਕਰਾ ਦਿੱਤਾ ਸੀ ਕਹਿੰਦਾ ਨਾ ਉਡਾਓ ਇਸ ਤਰ੍ਹਾਂ ਦੇ ਕਬੂਤਰ ਵੀ ਸੰਧੂ ਸਾਹਿਬ ਉਡਾਉਂਦੇ ਨੇ ਇਹ ਉੱਡਦਾ ਸੀ ਮੇਰੇ ਕੋਲ ਉਹ ਖਵਾਜਾ ਯਾਰ ਤੁਸੀਂ ਵੀ ਆਏ ਜੀ ਆਏ ਜਦੋਂ ਬਾਹਰ ਨੇ ਫੜਿਆ ਸੀ ਇੱਥੇ ਹੈਨਾ ਅਤੇ ਉਹ ਕਹਿੰਦਾ ਖਵਾਜਾ ਕਹਿੰਦਾ ਨਾ ਉਡਾਓ ਆ ਇੱਕ ਲੈ ਗਿਆ ਸੀ ਆਏ ਉਦੋਂ ਹੀ ਰੋਕਿਆ ਸੀ ਨਾ ਉਸ ਸਾਲ ਪਹਿਲੇ ਸਾਲ ਲੈ ਕੇ ਵੀ ਜਾਣਾ ਚਾਹੀ ਗਿਆ ਸੀ ਇਹਨੂੰ ਵੀ ਸੋਨੇ ਦੀਆਂ ਰਿੰਗਾਂ ਪਾਈਆਂ ਗੋਲਡ ਪਲੇਟਡ ਹੋਰ ਵੀ ਆਰਡਰ ਕੀਤੀਆਂ ਸਿਰਫ ਇਹਨਾਂ ਇਸ ਲਾਈਨ ਨੂੰ ਪੂਰੀ ਨੂੰ ਗੋਲਡ ਪਲੇਟਡ ਰਿੰਗਾਂ ਮਾਸ਼ਾਅੱਲਾ ਜੀ ਇਹਨੂੰ ਜ਼ਰਾ ਛੱਡੋ ਇਹਦੀ ਮਾਦੀ ਵੀ ਇਹਦਾ ਵੀ ਸ਼ੋਕ ਕਰਾਓ ਫਿਰ ਬਾਕੀ ਕਬੂਤਰਾਂ ਦਾ ਇਹ ਸਾਰੇ ਇੱਕ ਹੀ ਬਲੱਡ ਲਾਈਨ ਨੇ ਅਤੇ ਇਹਨਾਂ ਦੇ ਵਿੱਚ ਵੀ ਜਿਹੜਾ ਨਾ ਸਾਰੇ ਫੀਚਰ ਤਕਰੀਬਨ ਸੇਮ ਹੀ ਨੇ ਇੱਕ ਅੱਧਾ ਜੋੜਾ ਇਹਨਾਂ ਦਾ ਜ਼ਰਾ ਬੱਲੇ ਮੱਥਿਆਂ 'ਚ ਆਉਂਦਾ ਥੋੜ੍ਹਾ ਔਖਾ ਹੋ ਜਾਂਦਾ ਇਹ ਸਾਰੇ ਡਰਾਮਾ ਇਹ ਤਾਂ ਸ਼ੈਡੇ 'ਚ ਨਹੀਂ ਫੜੇ ਜਾਂਦੇ ਇਹ ਵੱਡਾ ਜੋੜ ਹੈ ਇਹ ਹੁਣ ਮਾਉਂਟਿੰਗ ਪੇ ਨੇ ਮੈਂ ਜ਼ਿਆਦਾ ਤੰਗ ਨਹੀਂ ਕਰਨਾ ਚਾਹੁੰਦਾ ਅਤੇ ਹਾਂ ਠੀਕ ਹੈ ਨਾ ਵੱਡਾ ਹੈ ਦੋ ਜੋੜ ਇਹ ਬਸੰਤੀ ਹੈ ਸਾਡੀ ਮੇਰੀ ਫੇਵਰੇਟ ਕਬੂਤਰ ਮਾਸ਼ਾਅੱਲਾ ਇਹਦੀ ਅੱਖ ਕਿੱਦਾਂ ਡੇਲਾ ਅੱਗੇ ਪਿੱਛੇ ਫੇਰਦੀ ਰਹਿਣਾ ਇਹਨੇ ਰੁਕਣਾ ਨਹੀਂ ਇਹਨੇ ਸਾਹ ਨਹੀਂ ਲੈਣਾ ਬਈ ਮੈਂ ਸਾਹ ਲੈ ਲਵਾਂ ਕਿਤੇ ਇਹਨੇ ਬਸ ਡੇਲਾ ਫੇਰ ਹੀ ਜਾਣਾ ਹੋਰ ਹਾਲਾਂਕਿ ਕਿੰਨੇ ਕੁ ਬੰਦਿਆਂ ਨੇ ਚੈੱਕ ਕੀਤਾ ਹੋਣਾ ਇਹਨੂੰ ਅਤੇ ਕਿਸੇ ਬਾਹਰ ਜਾ ਕੇ ਆਂਡੇ ਵੀ ਨਹੀਂ ਦਿੰਦੀ ਇਹ ਕਬੂਤਰੀ ਔਰ ਬਾਹਰ ਵੀ ਇਹਨਾਂ ਨੂੰ ਇਸ ਖੁੱਡੇ ਵਿੱਚੋਂ ਜਿਹੜਾ ਇਹਦਾ ਖੁੱਡਾ ਵਾ ਇੱਥੋਂ ਦੀ ਮੈਂ ਨਾਲ ਦੇ ਖੁੱਡੇ 'ਚ ਵੀ ਪਾ ਦਾ ਨਾ ਇਹਨੇ ਆਂਡੇ ਨਹੀਂ ਦੇਣੇ ਇਹ ਸੁਣਿਆ ਸੀ ਕਿ ਪੁਰਾਣੀਆਂ ਨਸਲਾਂ ਦੇ ਵਿੱਚ ਇੱਕ ਖਸੂਸੀਅਤ ਹੁੰਦੀ ਹੈ ਕਿ ਉਹ ਖੁੱਡਾ ਬਦਲਣ 'ਤੇ ਬਰੀਡਿੰਗ ਨਹੀਂ ਕਰਦੇ ਮੈਂ ਕਿਹਾ ਇਹ ਚੈੱਕ ਕੀਤਾ ਸਾਰੇ ਜਿੰਨੇ ਵੀ ਸਾਡੇ ਯਾਰ ਦੋਸਤ ਸਾਰੇ ਜਾਣਦੇ ਆ ਮੈਂ ਨਾਲ ਦੇ ਖੁੱਡੇ 'ਚ ਪਾ ਕੇ ਰੱਖੀ 3 ਮਹੀਨੇ ਇਹਨੇ ਆਂਡੇ ਨਹੀਂ ਦਿੱਤੇ ਉੱਥੋਂ ਚੱਕ ਕੇ ਮੈਂ ਉਰਲੇ ਖੁੱਡੇ 'ਚ ਵਾਪਸ ਪਾਈ ਵਿਦ ਇਨ 1 ਵੀਕ ਇਹਨੇ ਆਂਡੇ ਦੇ ਦਿੱਤੇ ਸਹੀ ਇੰਝ ਹੀ ਨਰ ਵੀ ਇਹਦਾ ਬਿਲਕੁਲ ਇਸ ਤਰ੍ਹਾਂ ਮੈਂ ਬਰੀਡਿੰਗ ਲਈ ਲੈ ਕੇ ਗਿਆ ਸਾਂ ਯਕੀਨ ਕਰੋ 6 ਮਹੀਨੇ ਉਹ ਜੋੜੇ ਹੀ ਨਹੀਂ ਪਿਆ ਫਿਰ ਜਦੋਂ ਉਹਦਾ ਦਿਲ ਕੀਤਾ ਲਓ ਜੀ ਦੇਖੋ ਮਾਦੀ ਦਾ ਵਜੂਦ